ਜੋ ਮਨ ਚਿੱਤ ਨਾ ਚੇਤੇ ਸਨ ਸੋ ਗੱਲ ਹੀ ਲੱਗ ਗਈ। ਅਚਾਨਕ ਹੀ ਪਤਾ ਲੱਗਦਾ ਹੈ, ਜਦੋਂ ਪਤਾ ਲੱਗਦਾ ਸਹਾਰਿਆ ਨਹੀਂ ਜਾਂਦਾ ਹੈ। ਬੰਦਾ ਭਰੋਸਾ ਨਹੀਂ ਕਰਦਾ, ਬੰਦਾ ਤੇ ਇੱਕ ਵਾਰੀ ਇੰਜ ਸਮਝਦਾ ਹੋ ਸਕਦਾ ਬਿਮਾਰ ਹੋਈ ਹੋਵੇ, ਉਹਨੂੰ ਕੋਈ ਲੋੜ ਹੋਵੇ, ਕੋਸ਼ਿਸ਼ ਕਰਦਾ ਹੈ, ਪਰ ਇਹ ਮੰਨਣਾ ਹੀ ਪੈਂਦਾ ਹੈ ਜਦੋਂ ਪੂਰਨ ਤੌਰ ਤੇ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ। ਸੱਚੀ ਪਿਆਰੇ ਉਹ ਜਿਹੜੀ ਮਾਂ ਹੈ ਨਾ ਜੀ, ਲੱਖ ਭਾਵੇਂ ਦੁਨੀਆ ਆਪਣੇ ਪੁੱਤ ਨੂੰ ਧੀਆਂ ਨੂੰ ਮਾੜਾ ਆਖਦਾ ਏ, ਪਰ ਕਦੇ ਵੀ ਮਾਂ ਆਪਣੇ ਬੱਚਿਆਂ ਨੂੰ ਮਾੜਾ ਨਹੀਂ ਆਖਦਾ। ਹਰ ਵੇਲੇ ਇੱਕ ਅਸੀਸ ਬੱਚਿਆਂ ਦੇ ਨਾਲ ਨਾਲ ਰਹਿੰਦੀ ਹੈ ਮਾਂ ਦੀ। ਜੈਸੇ ਆਪਾਂ ਇੱਕ ਪੰਕਤ ਸੁਣਦੇ ਹਾਂ ਨਾ ਜੀ, ਆਪਣੇ ਸੇਵਕ ਦੀ ਆਪੇ ਰੱਖਿਆ ਆਪੇ ਨਾਮ ਜਪਣ। ਮਾਂ ਤਾਂ ਘਰ ਹੁੰਦੀ ਹੈ, ਪਰ ਜਿੱਥੇ ਜਿੱਥੇ ਪੁੱਤ ਜਾਂਦੇ ਨੇ ਕੰਮ ਕਾਜ ਤੇ ਜਾਂਦੇ ਨੇ, ਮਾਂ ਦਾ ਧਿਆਨ ਪੁੱਤਾਂ ਵੱਲ ਹੀ ਰਹਿੰਦਾ ਹੈ। ਪਤਾ ਨੀ ਮੇਰੇ ਪੁੱਤ ਨੇ ਅੱਜ ਰੋਟੀ ਖਾਧੀ ਹੋਵੇਗੀ ਕਿ ਨਹੀਂ ਖਾਧੀ। 10 ਮਿੰਟ ਵੀ ਲੇਟ ਹੋ ਜਾਏ ਪੁੱਤ ਤੇ ਮਾਂ ਫਿਕਰ ਕਰਨ ਲੱਗ ਜਾਂਦੀ ਹੈ, ਪਤਾ ਨੀ ਕਿੱਥੇ ਰਹਿ ਗਿਆ ਹੋਵੇਗਾ ਮੇਰਾ ਪੁੱਤ, ਹਲੇ ਆਇਆ ਨਹੀਂ। ਅਰਦਾਸਾਂ ਕਰਦੀ ਰਹਿੰਦੀ ਹੈ ਮਨੋ ਮਨੀ। ਇੱਕ ਤੇ ਅਰਦਾਸ ਹੁੰਦੀ ਹੈ ਜੇ ਆਪਾਂ ਸਪੈਸ਼ਲ ਕਰੀਏ, ਇੱਕ ਹੁੰਦੀ ਹੈ ਮਨ ਦੇ ਵਿੱਚ ਚੱਲਦੀਆਂ ਰਹਿੰਦੀਆਂ ਨੇ ਅਰਦਾਸਾਂ, ਤੇ ਇੱਕ ਨਹੀਂ ਅਨੇਕਾਂ ਹੀ ਚੱਲਦੀਆਂ ਰਹਿੰਦੀਆਂ ਨੇ, ਉਸਨੂੰ ਮਾਂ ਕਹਿੰਦੇ ਨੇ। ਉਹ ਇੱਕ ਮਾਂ ਹੀ ਹੈ ਜਿਹੜੀ ਅਰਦਾਸਾਂ ਕਰਦੀ ਰਹਿੰਦੀ ਆਪਣੇ ਧੀਆਂ ਪੁੱਤਾਂ ਦੀ, ਹਰ ਵੇਲੇ ਸੁੱਖ ਚਾਹੁੰਦੀ ਹੈ। ਕੋਈ ਐਸਾ ਸੁੱਖ ਨਾ ਹੋਵੇ ਜਿਹੜਾ ਮੇਰੇ ਬੱਚਿਆਂ ਨੂੰ ਨਾ ਮਿਲੇ। ਇੱਕ ਰਾਣੀ ਰੱਖੀ ਹੋਈ ਨੁਕਰਾਣੀ ਨੂੰ ਆਖਦੀ ਹੈ, ਜਾਂ ਮੇਰੇ ਉਹ ਉੱਥੇ ਜਿੱਥੇ ਬੱਚੇ ਖੇਡਦੇ ਨੇ ਉਹਨਾਂ ਬੱਚਿਆਂ ਵਿੱਚ ਮੇਰਾ ਪੁੱਤ ਖੇਡਦਾ ਹੈ, ਜਾਂ ਉਹਨਾਂ ਵਿੱਚੋਂ ਮੇਰੇ ਪੁੱਤ ਨੂੰ ਬੁਲਾ ਕੇ ਲੈ ਗਿਆ। ਤੇ ਨੁਕਰਾਣੀ ਆਖਦੀ ਹੈ ਮੈਨੂੰ ਕਿਵੇਂ ਪਤਾ ਲੱਗੇਗਾ ਕਿ ਤੇਰਾ ਪੁੱਤ ਕਿਹੜਾ ਹੈ। ਰਾਣੀ ਕਹਿੰਦੀ ਜਿਹੜਾ ਸਭ ਤੋਂ ਜ਼ਿਆਦਾ ਸੋਹਣਾ ਹੋਵੇ ਉਹ ਸਮਝ ਲਈ ਮੇਰਾ ਹੀ ਪੁੱਤ ਹੈ। ਇਹ ਰਾਣੀ ਨੇ ਆਖਿਆ। ਜਦੋਂ ਨੁਕਰਾਣੀ ਜਾਂਦੀ ਹੈ ਬੱਚਿਆਂ ਨੂੰ ਝਾਤ ਮਾਰਦੀ ਹੈ, ਨੁਕਰਾਣੀ ਦਾ ਵੀ ਬੱਚਾ ਉਸੇ ਬੱਚਿਆਂ ਵਿੱਚ ਹੀ ਖੇਡ ਰਿਹਾ ਹੈ, ਚਾਹੇ ਗਰੀਬ ਹਨ ਚਾਹੇ ਸੋਹਣਾ ਨਹੀਂ ਤਨ ਕਰਕੇ। ਰਾਜਿਆਂ ਵਾਂਗੂ ਲਿਬਾਸ ਨਹੀਂ ਹੈ ਬੱਚੇ ਦੇ, ਪਰ ਫਿਰ ਵੀ ਸਭ ਤੋਂ ਪਹਿਲਾਂ ਜਿਹੜੀ ਨਿਗਾਹ ਹੈ ਇੱਕ ਮਾਂ ਦੀ ਆਪਣੇ ਪੁੱਤ ਤੇ ਗਈ ਹੈ। ਆਪਣੇ ਪੁੱਤ ਦੀ ਬਾਂਹ ਫੜ ਕੇ ਰਾਣੀ ਦੇ ਪਾਸ ਲੈ ਆਉਂਦੀ ਹੈ। ਰਾਣੀ ਕਹਿੰਦੀ ਹੈ ਇਹ ਕਿਹੜੇ ਗਰੀਬ ਦਾ ਬੱਚਾ ਤੂੰ ਚੁੱਕ ਲੈ ਕੇ ਆਈ ਹੈ, ਕਿਹੜੇ ਕੰਗਾਲ ਦਾ ਬੱਚਾ ਤੂੰ ਚੁੱਕ ਕੇ ਲੈ ਕੇ ਆਈ ਹੈ, ਮੇਰਾ ਤੇ ਪੁੱਤ ਬਹੁਤ ਸੋਹਣਾ ਹੈ, ਇਹ ਤੇ ਕਿਸੇ ਗਰੀਬ ਦਾ ਬੱਚਾ। ਨੁਕਰਾਣੀ ਆਖਦੀ ਹੈ ਰਾਣੀ ਉਹ ਤੇਰੇ ਵਾਸਤੇ ਕਿਸੇ ਗਰੀਬ ਦਾ ਕਿਸੇ ਕੰਗਾਲ ਦਾ ਪੁੱਤ ਹੋਵੇਗਾ, ਪਰ ਮੇਰੀ ਨਿਗਾਹ ਦੇ ਵਿੱਚ ਸਾਰੀ ਦੁਨੀਆ ਤੋਂ ਇਹ ਸੋਹਣਾ ਮੇਰਾ ਬੱਚਾ ਹੈ, ਮੇਰੀ ਨਿਗਾਹ ਦੇ ਵਿੱਚ ਸਾਰਿਆਂ ਨਾਲੋਂ ਚੰਗਾ ਮੇਰਾ ਪੁੱਤ ਹੈ। ਪਿਆਰੇ ਇਸ ਨੂੰ ਮਾਂ ਕਹਿੰਦੇ।
ਤੇ ਉਹ ਹੈਰਾਨ ਹੋ ਜਾਂਦੀ ਹੈ। ਰਾਣੀ ਸੁਣ ਕੇ ਮਾਂ ਦੀ ਮਮਤਾ ਦੇ ਕੇ ਪਿਆਰੇ ਉਸ ਨੂੰ ਮਾਂ ਕਹਿੰਦੇ ਹਨ। ਜਿਹੜੀ ਮਾਂ ਦਾ ਜੀ ਵਿਛੋੜਾ ਹੈ ਨਾ ਜੀ, ਸਿਆ ਨਹੀਂ ਜਾਂਦਾ। ਇਹ ਗੱਲਾਂ ਕਹਿਣੀਆਂ ਸੌਖੀਆਂ ਨੇ, ਫਲਾਣੇ ਦੀ ਮਾਂ ਛੱਡ ਕੇ ਚਲੀ ਗਈ ਹੈ, ਕਹਿੰਦੇ ਜਿਸ ਤਨ ਲੱਗੇ ਸੋਈ ਤਨ ਜਾਣੇ, ਕੌਣ ਜਾਣੇ ਪੀਰ ਪਰਾ। ਇੱਕ ਥਾਂ ਘੜੀ ਲਾ ਕੇ ਤੇ ਦੂਜੇ ਥਾਂ ਲਾ ਦੀਏ, ਉਹਦੇ ਵੀ ਭੁਲੇਖੇ ਪੈਂਦੇ ਰਹਿੰਦੇ। ਭੋਗ ਪੈ ਜਾਏ, ਅਰਦਾਸ ਹੋ ਜਾਏ, ਸੰਗਤ ਆਪੋ ਆਪਣੇ ਘਰਾਂ ਵਿੱਚ ਚਲ ਜਾਏ, ਬੱਚੀਆਂ ਦੀਆਂ ਅੱਖੀਆਂ ਵੇਖਦੀਆਂ ਰਹਿੰਦੀਆਂ ਨੇ ਸਾਡੀ ਮਾਂ ਇੱਥੇ ਬਹਿੰਦੀ ਸੀ। ਸਾਡੀ ਮਾਂ ਇੱਥੇ ਬਹਿ ਕੇ ਆ ਗੱਲਾਂ ਕਰਦੀ ਸੀ, ਇੱਥੇ ਮਾਂ ਸਾਡੀ ਅੱਖ ਲਾਉਂਦੀ ਸੀ, ਏਦਾਂ ਸਾਨੂੰ ਕਹਿੰਦੀ ਸੀ, ਏਦਾਂ ਸਮਝਾਉਂਦੀ ਸੀ। ਉਹ ਕਈ ਸਮਾਂ ਇਸੇ ਤਰ੍ਹਾਂ ਅੱਖੀਆਂ ਤੱਕਦੀਆਂ ਰਹਿੰਦੀਆਂ। ਇਹ ਮਾਂ ਹੈ ਜੀ, ਇਹ ਵਿਛੋੜਾ ਸਿਆ ਨਾ ਜਾਏ। ਇਸੇ ਤਰ੍ਹਾਂ ਅੱਜ ਪਰਿਵਾਰ ਦੇ ਵਿੱਚੋਂ ਮਾਤਾ ਮਨਜੀਤ ਕੌਰ ਪਰਿਵਾਰ ਨੂੰ ਵਿਛੋੜਾ ਦੇ ਕੇ ਚਲੀ ਗਈ ਹੈ। ਪਰਿਵਾਰ ਨੇ ਉਹ ਸਤਿਗੁਰਾਂ ਦੀ ਬਾਣੀ ਦਾ ਆਸਰਾ ਲਿਆ ਹੈ, ਜਿਨ੍ਹਾਂ ਦੀ ਸਤਿਗੁਰਾਂ ਦੀ ਸ਼ਰਨ ਵਿੱਚ ਕਦੇ ਵੀ ਅੱਜ ਤੱਕ ਕੋਈ ਖਾਲੀ ਨਹੀਂ ਮੋੜਿਆ। ਜਿੱਥੇ ਕਹੋ ਨਾਨਕ ਹਮ ਨੀਚ ਕਰਮਾਂ ਸਰਨ ਭਜੇ ਕੀ ਰਾਖੋ ਸਰਮਾ। ਕੋਈ ਮਾੜਾ ਵੀ ਇਨਸਾਨ ਆ ਜਾਏ, ਮੰਦ ਕਰਮੀ ਵੀ ਆ ਜਾਏ, ਮਹਾਰਾਜ ਉਹਦੇ ਸ਼ਰਨ ਆਏ ਦੀ ਲਾਜ ਰੱਖਦੇ। ਇਸ ਕਰਕੇ ਪਿਆਰੇ ਹੋ ਜਾਏ, ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਜਨਮ ਵੀ ਹੁਕਮ ਦੇ ਵਿੱਚ ਹੈ ਤੇ ਮੌਤ ਵੀ ਹੁਕਮ ਦੇ ਵਿੱਚ ਹੈ। ਭਾਈ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ, ਕਿਸ ਨਾਲ ਕੀਚੈ ਦੋਸ ਨੀ ਸਭ ਜਗ ਜਾਣਾ। ਭਾਈ ਸੰਗ ਚਲਤ ਹੈ ਹਮ ਵੀ ਚਲਣਾ, ਸਾਡੇ ਸੰਗੀ ਸਾਥੀ ਚਲਦੇ ਜਾ ਰਹੇ ਨੇ, ਇਹ ਸਾਨੂੰ ਸੁਨੇਹਾ ਹੈ। ਭਾਈ ਤੇਰੀਆਂ ਅੱਖਾਂ ਸਾਹਮਣੇ ਤੇਰੇ ਆਪਣੇ ਵਿਛੜਦੇ ਜਾ ਰਹੇ ਨੇ, ਤੇ ਤੂੰ ਵੀ ਇਹ ਦਿਨ ਯਾਦ ਰੱਖ, ਉਹ ਤੇਰਾ ਵੀ ਦਿਨ ਨੇੜੇ ਆਉਣ ਵਾਲਾ ਹੈ। ਆਉਤ ਕਟੈ ਦਿਨ ਸਰਨਾਰੇ, ਮਨ ਗੁਰ ਮਿਲ ਕਾਜ ਸਵਾਰੇ। ਸ ਕਰਕੇ ਉਹ ਸਮਾਂ ਨਾ ਮਿੱਥਾ ਕੱਢ, ਮਹਾਰਾਜ ਦੀ ਬੰਦਗੀ ਕਰਿਆ ਕਰ, ਨਾਮ ਜਪਿਆ ਕਰ, ਤੇ ਨਾਮ ਜਪ ਕੇ ਇਹ ਜੀਵਨ ਸਫਲਾ ਕਰ। ਰੱਜ ਨਾ ਕੋਈ ਜੀਵਿਆ, ਰੱਜ ਨਾ ਕੋਈ ਜੀਵਿਆ, ਪਹੁੰਚ ਨ ਚੱਲਿਆ ਕੋਈ ਕੋਈ, ਪਹੁੰਚ ਨ ਚੱਲਿਆ ਕੋਈ, ਨਾਨਕ ਕਿਸ ਨੂੰ ਨਾਨਕ ਕਿਸ ਨੂੰ ਆਖੀਐ, ਬਿਨ ਪੁੱਛਿਆ ਨੀ ਲੈ ਜਾਏ, ਬਿਨ ਪੁੱਛਿਆ ਨੀ ਲੈ ਜ।